ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਕੁਲਬੀਰ ਜੀਰਾ ਕਾਂਗਰਸੀ ਵਿਧਾਇਕ ਰਹੇ ਨੇ ਉਹਨਾਂ ਦੇ ਵੱਲੋਂ ਪਹਿਲਾ ਬਿਆਨ ਦਿੱਤਾ ਗਿਆ ਗ੍ਰਿਫਤਾਰੀ ਤੋਂ ਬਾਅਦ ਦਰਅਸਲ ਪੁਲਿਸ ਥਾਣੇ ਦੇ ਵਿੱਚ ਮੌਜੂਦ ਕੁਲਬੀਰ ਜੀਰਾ ਨੂੰ ਜਦੋਂ ਮੀਡੀਆ ਨੇ ਘੇਰਾ ਪਾ ਲਿਆ ਸਵਾਲ ਪੁੱਛਿਆ ਕਿ ਆਖਿਰ ਇਹ ਗ੍ਰਿਫਤਾਰੀ ਇੰਜ ਕਿਉਂ ਹੋਈ ਹੈ ਜਦੋਂ ਤੁਸੀਂ ਪਹਿਲਾਂ ਹੀ ਗ੍ਰਿਫਤਾਰੀ ਦਾ ਐਲਾਨ ਇੱਕ ਪ੍ਰੈਸ ਕਾਨਫਰੰਸ ਤੋਂ ਬਾਅਦ ਕੀਤਾ ਸੀ ਤਾਂ ਕੁਲਬੀਰ ਜੀਰਾ ਨੇ ਜਵਾਬ ਦੇ ਵਿੱਚ ਕਿਹਾ ਕਿ ਪ੍ਰਸ਼ਾਸਨ ਦੀਆਂ ਕੁਝ ਲਾਪਰਵਾਹੀਆਂ ਉਹਨਾਂ ਦੇ ਵੱਲੋਂ ਜਗ ਜ਼ਾਹਿਰ ਕੀਤੀਆਂ ਜਾਣੀਆਂ ਸੀ ਜਿਸ ਦਾ ਪੁਲਿਸ ਨੂੰ ਖੌਫ ਸੀਗਾ ਜਿਸ ਦੇ ਚੱਲਦੇ ਪੁਲਿਸ ਨੇ ਇਹ ਐਕਸ਼ਨ ਲਿਆ ਹੈ ਉਹਨਾਂ ਨੇ ਕਿਹਾ ਕਿ ਉਹ ਪੁਲਿਸ ਦੇ ਇਸ ਐਕਸ਼ਨ ਦੇ ਖਿਲਾਫ ਹਾਈ ਕੋਰਟ ਦਾ ਰੁਖ ਕਰਨਗੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਇਹ ਸਾਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਇਸ਼ਾਰੇ ਦੇ ਉੱਤੇ ਕੀਤਾ ਜਾ ਰਿਹਾ ਹੈ ਉਹਨਾਂ ਨੇ ਸਾਫ ਤੌਰ ਦੇ ਉੱਤੇ ਇਸ ਚੀਜ਼ ਨੂੰ ਸਪਸ਼ਟ ਕਰ ਦਿੱਤਾ ਕਿ ਪੋਲੀਟੀਕਲ ਲੜਾਈ ਨੂੰ ਕਹਿ ਸਕਦੇ ਹਾਂ ਕਿ ਪੋਲੀਟੀਕਲ ਵੈਂਡੇਟਾ ਨੂੰ ਆਧਾਰ ਬਣਾ ਕੇ ਇਹ ਕਾਰਵਾਈ ਕੀਤੀ ਗਈ ਹੈ ਤੇ ਜਦੋਂ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਹ ਪਰਚਾ ਦੂਜੀ ਪਾਰਟੀ ਤੇ ਕਰਵਾਏ ਬਗੈਰ ਦਮ ਨਹੀਂ ਲੈਣਗੇ ਕਿ ਕੁਝ ਕਿਹਾ ਕੁਲਬੀਰ ਸਿੰਘ ਜੀਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੀ ਸਰਪੰਚਾਂ ਦੇ ਹੱਕ 'ਚ ਉਹਨਾਂ ਦੀਆਂ ਮੰਗਾਂ ਨੂੰ ਦਿਵਾਉਣ ਲਈ ਜਿਹੜਾ ਧਰਨਾ ਲਾਇਆ ਸੀਗਾ ਉਸ ਧਰਨੇ ਦੇ ਵਿੱਚ ਇੱਕ ਜਾਲੀ ਸਰਟੀਫਿਕੇਟ MLA ਨਰੇਸ਼ ਕਟਾਰੀਆ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਲਾਟਾਂ ਦੇ ਜਾਲੀ ਸਰਟੀਫਿਕੇਟ ਵੰਡ ਰਿਹਾ ਸੀ ਉਹ ਜਾਲੀ ਸਰਟੀਫਿਕੇਟ ਨੂੰ ਨਸ਼ਰ ਕਰਦੇ ਹਾਂ ਮੈਂ ਇਹ ਮੰਗ ਕੀਤੀ ਸੀ ਕਿ MLA ਨਰੇਸ਼ ਕਟਾਰੀਆ ਤੇ ਵੀਡੀਓ ਜੀਰਾ ਤੇ ਉਹ ਜਿਹੜਾ ਪੰਚ ਅਧਿਕਾਰਤ ਪੰਚ ਆਉਂਦੇ ਤੇ ਪਰਚਾ ਦਰਜ ਕੀਤਾ ਜਾਵੇ ਪਰ ਜਦੋਂ ਤੋਂ ਮੈਨਿੰਗ ਦੇ ਵਿੱਚ ਜਿਹੜਾ ਆਪਣਾ ਉਹਦੇ ਜੀਜੇ ਦਾ MLA ਦੇ ਜੀਜੇ ਦਾ ਪਰਚਾ ਆਇਆ ਤੇ ਤਰਨ ਤਾਰਨ ਤੋਂ SSP ਦੀ ਬਦਲੀ ਹੋਈ ਹੈ ਇਹ SSP ਨੇ ਆਪਦੀ ਕੁਰਸੀ ਬਚਾਉਣ ਲਈ ਜਿਹੜਾ ਔਰ MLA ਨੂੰ ਬਚਾਉਣ ਲਈ ਆਪਦੀ ਕੁਰਸੀ ਨੂੰ ਬਚਾਉਣ ਲਈ ਜਿਹੜਾ ਪਰਚਾ ਦਰਜ ਕੀਤਾ ਇਸ ਤੋਂ ਬਾਅਦ ਮੈਂ ਹਾਈ ਕੋਰਟ ਜਾਵਾਂਗਾ ਔਰ MLA ਤੇ ਪਰਚਾ ਦਰਜ ਕਰਾ ਕੇ ਰਵਾਂਗਾ ਕਿ ਜਿਹੜਾ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਬੇਵਕੂਫ ਬਣਾ ਰਿਹਾ ਇਸ ਕਰਕੇ ਸਰਪੰਚਾਂ ਦੀ ਲੜਾਈ ਆ ਲੋਕਾਂ ਦੀ ਲੜਾਈ ਆ ਲੋਕਾਂ ਦੀ ਲੜਾਈ ਲਈ 10 ਵਾਰੀ ਵੀ ਜੇਲ੍ਹ ਜਾਣਾ ਪਿਆ ਤੇ ਕੁਲਬੀਰ ਸਿੰਘ ਜੀਰਾ ਜਾ ਤੇ ਤੁਸੀਂ ਪਹਿਲਾਂ ਹੀ ਐਲਾਨ ਕਰ ਚੁੱਕੇ ਸੀ ਕਿ ਮੈਂ ਆਪਦੀ ਗ੍ਰਿਫਤਾਰੀ ਦੇਵਾਂਗਾ ਪਰ ਤੁਸੀਂ ਅੱਜ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ ਗ੍ਰਿਫਤਾਰੀ ਦੇਣੀ ਸੀ ਕੁਲਬੀਰ ਸਿੰਘ ਜੀਰਾ ਜਿੰਦਾਬਾਦ ਕੁਲਬੀਰ ਸਿੰਘ ਜੀਰਾ ਜਿੰਦਾਬਾਦ ਮੈਂ ਅੱਜ ਪੁਲਿਸ ਨੇ ਡਰਦਿਆ ਮੈਨੂੰ ਤਾਂ ਚੁੱਕਿਆ ਮੈਂ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਨਤਮਸਤਕ ਹੋ ਗਿਆ ਜੋ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ ਪਰ SSP ਨੂੰ ਜਦੋਂ ਮੈਂ ਕੱਲ ਵਿਖਾਇਆ ਕਿ ਚਿੱਟਾ ਕਿੱਥੇ ਵੇਖਦਾ ਹੈ ਰੇਤਾ ਕਿੱਥੇ ਵੇਖਦੀ ਹੈ ਗਲਤ ਕੰਮ ਜਿਹੜੇ ਆ ਉਹ ਸਾਰੀ ਪੁਲਿਸ ਕਰਾਉਂਦੀ ਹੈ SSP ਸ਼ਹਿ ਥੱਲੇ ਹੁੰਦੇ ਆ SSP ਨੇ ਉਹ ਗੱਲਾਂ ਨੂੰ ਲੁਕਾਉਣ ਲਈ ਕਿ ਪ੍ਰੈਸ ਅੱਗੇ ਨਾ ਆਉਣ ਪਰ ਮੈਂ ਉਹ ਜੇਲ੍ਹ 'ਚ ਆਉਂਦਿਆਂ ਸਾਰੀ ਮੀਡੀਆ ਦੇ ਅੱਗੇ ਉਹ ਸਾਰੀ ਇੱਕ ਵਿਦ ਪ੍ਰੂਫ ਜਿਹੜੇ ਆ ਉਹ ਕੱਲੀ ਕੱਲੀ ਗੱਲ ਜਿਹੜੀ ਉਹ ਜਨਤਕ ਕਰਾਂ